What's up everyone, मेरा नाम है पारुल खन्ना ते तुसी देख रहे हो पारुल टीवी। अज दे वीलॉग जी असीं गल करन जा रहे हैं एक बहुत ही इंपॉर्टेंट टॉपिक दी जिहड़ा कि पंजाबियों दे दिल दे बहुत ही करीब है ते हर एक पंजाबी मुंडे या कुड़ी दा सुपना हुंदा वा कि असीं कैनेडा आईए ते इत्थे आके एक नवीं सोहणी जी गड्डी लईए, ठीक है, स्पोर्ट्स कार लईए, सेडान कार लईए या SUV गड्डी लईए। आई मीन जदों असीं इंडिया च हुंदे आं सब तों पहले तां असीं इही चीज़ां देखदे हां कि भई लोकी इत्थे आके नवीं वनसवनियां गड्डियां कढ़ा लैंदे ने ते समझ नहीं आती कित्थों कढ़ांदे ने, स्टूडेंट इन्ने हो के पैसे कित्थों खर्च दिंदे ने। इदां दी गल्ल है जी, देखो जे तुसीं कैनेडा आ रहे हो ते सब तों वड्डी चीज़ कैनेडा दी इह है कि इत्थे हर चीज़ अफोर्डेबल है, डिपेंडिंग अपॉन तुहानूं की चाहिए ਚਾਹੀਦਾ ਵੈ, ਕਿਸ ਚੀਜ਼ ਦੀ ਤੁਹਾਨੂੰ ਲੋੜ ਹੈ ਅਤੇ ਕਿੰਨੇ ਕੁ ਪੈਸੇ ਤੁਸੀਂ ਖਰਚ ਕਰ ਸਕਦੇ ਹੈਗੇ ਹੋ। ਟੂ ਬੀ ਵੈਰੀ ਫਰੈਂਕ, ਮੈਂ ਤੁਹਾਨੂੰ ਜੇ ਗੱਲ ਦੱਸਾਂ, ਜਿਹੜੀਆਂ ਗੱਡੀਆਂ ਇੰਡੀਆ ਦੇ ਵਿੱਚ ਲਗਜ਼ਰੀ ਕਾਊਂਟ ਕੀਤੀਆਂ ਜਾਂਦੀਆਂ ਨੇ ਉਹ ਇੱਥੇ ਕੈਨੇਡਾ ਦੇ ਵਿੱਚ ਸਟਾਰਟਿੰਗ ਜਿਹੜੀ ਕਹਿੰਦੇ ਨਾ ਰੇਂਜ ਆ ਉਹ ਹੈ। ਫੋਰ ਐਗਜ਼ਾਮਪਲ ਜਿੱਦਾਂ ਇੰਡੀਆ ਦੇ ਵਿੱਚ 3-4-5 ਲੱਖ ਦੀ ਗੱਡੀ ਜੇ ਆਪਾਂ ਕੋਈ ਛੋਟੀ ਜਿਹੀ ਕਾਰ ਲੈਂਦੇ ਹਾਂ ਉਨੇ ਕੁ ਪੈਸੇ ਜੇ ਤੁਸੀਂ ਇੱਥੇ ਖਰਚ ਦਿਓ ਇਨ ਡਾਲਰਸ, ਤੁਹਾਨੂੰ ਸੀਡਾਨ ਗੱਡੀ ਮਿਲ ਜਾਏਗੀ, ਤੁਹਾਨੂੰ ਲਗਜ਼ਰੀ ਕਾਰਸ ਮਿਲ ਜਾਣਗੀਆਂ। ਹੁਣ ਲਗਜ਼ਰੀ ਦੀ ਵੀ ਜਿਹੜੀ ਡੈਫੀਨੇਸ਼ਨ ਹੈ ਉਹ ਬਹੁਤ ਹੀ ਅਲੱਗ ਹੈ, ਇਟ ਡਿਪੈਂਡਸ ਅਪੋਨ ਪਰਸਨ ਟੂ ਪਰਸਨ ਕਿ ਬਜਟ ਕੀ ਹੈ ਤੁਹਾਡਾ ਅਤੇ ਕਿਹੜੀ ਗੱਡੀ ਤੁਸੀਂ ਖਰੀਦਣੀ ਹੈ, ਕਿੱਦਾਂ ਦੀ ਤੁਹਾਨੂੰ ਪਸੰਦ ਹੈ। ਅਤੇ ਅੱਜ ਦੀ ਵੀਡੀਓ 'ਚ ਜੀ ਅਸੀਂ ਇਹੀ ਗੱਲਾਂ ਡਿਸਕਸ ਕਰਨ ਜਾ ਰਹੇ ਹਾਂ, ਕਿਹੜੀਆਂ ਕੈਟੇਗਰੀਜ਼ ਨੇ, ਕਿਹੜੀਆਂ ਗੱਡੀਆਂ ਐਸੀਆਂ ਨੇ ਜਿਹੜੇ ਕਿ ਸਟੂਡੈਂਟਸ ਖਰੀਦ ਕੇ ਆਪਣੀ ਲਾਈਫ ਨੂੰ ਈਜ਼ੀ ਕਰ ਸਕਦੇ ਆ ਅਤੇ ਆਪਣੇ ਚਾਹ ਵੀ ਲਾ ਸਕਦੇ ਆ। ਅਤੇ ਚਲੋ ਜੀ ਚੱਲਦੇ ਹਾਂ, ਫਿਰ ਪਾਉਂਦੇ ਹਾਂ ਨਜ਼ਰ ਉਹਨਾਂ ਕਾਰਾਂ ਦੇ ਉੱਤੇ ਅਤੇ ਕਰਦੇ ਹਾਂ ਗੱਲਬਾਤ। ਹਾਂਜੀ ਦੋਸਤੋ, ਹੁਣ ਇਹ ਜਿਹੜੀ ਵੀਡੀਓ ਹੈ ਇਹਨੂੰ ਮੈਂ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਵਾ, 3 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ। ਹੁਣ ਮੈਨੂੰ ਨਹੀਂ ਪਤਾ ਕਿ ਤੁਸੀਂ ਕਿੰਨੇ ਕੁ ਪੈਸੇ ਖਰਚਣਾ ਚਾਹੁੰਦੇ ਹੋ ਅਤੇ ਕਿਸ ਹਿਸਾਬ ਦੇ ਨਾਲ ਤੁਹਾਡਾ ਮਤਲਬ ਬਜਟ ਹੈ, ਕਿੱਦਾਂ ਦੀ ਤੁਸੀਂ ਕਾਰ ਚਾਹੁੰਦੇ ਹੋ। ਬਿਕੋਜ਼ ਕਾਰਾਂ ਦੀ ਜਿਹੜੀ ਪ੍ਰਾਈਸ ਹੈ ਉਹ ਇੱਥੇ 0 ਤੋਂ ਸਟਾਰਟ ਹੋ ਕੇ, ਆਈ ਮੀਨ ਤੁਸੀਂ ਜਿੰਨੇ ਮਰਜ਼ੀ ਪੈਸੇ ਪਾ ਲਓ, ਆਈ ਮੀਨ ਪਾਈ ਜਾਓ, ਠੀਕ ਹੈ, $500 ਦੀ ਵੀ ਗੱਡੀ ਆ ਜਾਊਗੀ, 1000 ਦੀ ਵੀ, 1500 ਦੀ, 2000 ਦੀ ਵੀ, 20000 ਦੀ ਵੀ, 2 ਲੱਖ ਦੀ ਵੀ, $2 million ਦੀ ਵੀ। ਅਤੇ ਖਾਸ ਕਰਕੇ ਤੁਹਾਨੂੰ ਗੱਲ ਦੱਸਾਂ, ਪੰਜਾਬੀ ਇੱਕ ਐਸੀ ਪਾਪੂਲੇਸ਼ਨ ਹੈ ਪੂਰੀ ਜਿਹੜੀ ਕੈਨੇਡਾ ਦੇ ਵਿੱਚ ਜਿਹਨਾਂ ਕੋਲ ਸਭ ਤੋਂ ਜ਼ਿਆਦਾ ਲਗਜ਼ਰੀ ਕਾਰਜ਼ ਨੇ। ਤਾਂ ਜਿਹੜੇ ਬੱਚੇ ਇੱਥੇ ਆ ਚੁੱਕੇ ਹੋਏ ਨੇ, ਜਿਹੜੇ ਮੇਰੇ ਵੀਰ ਇੱਥੇ ਸਬਸਕ੍ਰਾਈਬਰਸ ਇੱਥੇ ਆਲਰੇਡੀ ਆ ਗਏ ਆ, ਉਹਨਾਂ ਨੇ ਦੇਖ ਹੀ ਲਿਆ ਹੋਏਗਾ ਕਿ ਓਨਟੇਰੀਓ, ਬ੍ਰੈਂਪਟਨ ਜਾਂ ਵੈਨਕੂਵਰ ਜਿੱਥੇ ਪੰਜਾਬੀ ਸਭ ਤੋਂ ਜ਼ਿਆਦਾ ਰਹਿੰਦੇ ਨੇ ਉੱਥੇ ਉਹਨਾਂ ਦੇ ਕੋਲ ਗੱਡੀਆਂ ਵੀ ਇੱਕਦਮ ਪੌਸ਼ ਅਤੇ ਲਗਜ਼ਰੀ ਹੈ, ਲੇਕਿਨ ਇਹ ਗੱਡੀਆਂ ਦੀ ਜਿਹੜੀ ਪ੍ਰਾਈਸ ਹੈ ਉਹ ਬਹੁਤ ਹੀ ਜ਼ਿਆਦਾ ਹੁੰਦੀ ਹੈ। ਇੱਕ ਚੀਜ਼ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਤੁਹਾਨੂੰ ਦੱਸ ਦਾਂਗਾ ਕਿ ਕੈਟਾਗਰੀਜ਼ ਮੈਂ ਤੁਹਾਨੂੰ ਤਿੰਨੋਂ ਦੱਸ ਰਿਹਾ ਵਾਂ, ਜਿਹੜੀ ਤੁਹਾਨੂੰ ਕੈਟਾਗਰੀ ਫੱਬਦੀ ਹੈ, ਜਿਹੜੀ ਤੁਹਾਡੀ ਬਜਟ ਅਲਾਓ ਕਰਦਾ ਵਾ, ਤੁਸੀਂ ਉਹਦੇ ਵਿੱਚ ਪਾ ਕੇ ਪੈਸੇ ਆਪਣੀ ਗੱਡੀ ਲੈ ਸਕਦੇ ਹੋ। ਅਤੇ ਸਭ ਤੋਂ ਪਹਿਲੇ ਜੀ ਨਜ਼ਰ ਪਾਉਂਦੇ ਹਾਂ ਅਸੀਂ ਫਸਟ ਕੈਟਾਗਰੀ ਦੇ ਉੱਤੇ, ਜਿਹਨੂੰ ਮੈਂ ਕਹਾਂਗਾ ਕਿ ਲੋਵੈਸਟ ਕੈਟਾਗਰੀ, ਜਿਹਨੂੰ ਆਪਾਂ ਮੰਨ ਸਕਦੇ ਹਾਂ ਕਿ ਪੈਸਿਆਂ ਦੇ ਵਜੋਂ ਕਿ ਤੁਹਾਨੂੰ ਘੱਟ ਪੈਸੇ ਖਰਚਣੇ ਪੈਣ ਅਤੇ ਤੁਹਾਡਾ ਗੱਡੀ ਨਾਲ ਵੀ ਸਰ ਜਾਵੇ, ਦੈਟਸ ਕੈਟਾਗਰੀ 1 ਜਨਰਲ ਕਾਰਸ। ਹਾਂਜੀ ਦੋਸਤੋ, ਹੁਣ ਇਸ ਕੈਟਾਗਰੀ ਦੇ ਵਿੱਚ ਉਹ ਕਾਰ ਆ ਜਾਂਦੀਆਂ ਨੇ ਜਿਹਦੇ 'ਚ ਤੁਹਾਨੂੰ ਜ਼ਿਆਦਾ ਪੈਸੇ ਨਹੀਂ ਖਰਚਣੇ ਪੈਣਗੇ ਅਤੇ ਇਟਸ ਜਸਟ ਫੋਰ ਯੂ ਟੂ ਮੇਕ ਇਟ, ਯੂ ਨੋ, ਮੇਕ ਯੋਰ ਲਾਈਫ ਈਜ਼ੀਅਰ। ਤੁਹਾਨੂੰ 4 ਵੀਲਸ ਮਿਲ ਜਾਣਗੇ, ਗੱਡੀ ਦਾ ਹੀਟਰ ਔਨ ਹੋਏਗਾ ਅਤੇ ਕੈਨੇਡਾ ਦੀ ਜਿਹੜੀ ਹਾਰਸ਼ ਵੈਦਰ ਹੈ, ਹਾਰਸ਼ ਵਿੰਟਰ ਹੈ, ਉੱਥੋਂ ਤੁਹਾਨੂੰ ਇਹ ਬਚਾ ਜਾਏਗੀ। ਪਲੱਸ ਤੁਸੀਂ ਛੋਟੀ ਮੋਟੀ ਪਾਰਟ ਟਾਈਮ ਜੋਬ ਜਿਵੇਂ ਕਿ ਊਬਰ ਈਟਸ ਹੋ ਗਿਆ, ਡਿਲੀਵਰੀ ਵਗੈਰਾ ਕਰਨੀ ਹੈ, ਫੂਡੋਰਾ ਹੋ ਗਿਆ, ਕੋਈ ਵੀ ਛੋਟੀ ਮੋਟੀ ਜੋਬ ਕਰਨੀ, ਪਲੱਸ ਆਪਣਾ ਰਾਸ਼ਨ ਗਰੋਸਰੀ ਵਗੈਰਾ ਲੈ ਕੇ ਆਉਣਾ, ਤੁਸੀਂ ਇਸ ਕੰਮ ਦੇ ਲਈ ਇਸ ਕੈਟੇਗਰੀ ਨੂੰ ਕੰਸੀਡਰ ਕਰ ਸਕਦੇ ਹੋ। ਕਾਰਾਂ ਜਿਹੜੀਆਂ ਨੇ ਜੀ ਤੁਹਾਨੂੰ ਉਹ ਮਤਲਬ $500 ਦੀਆਂ ਵੀ ਮਿਲ ਜਾਣਗੀਆਂ, 600 ਦੀ ਵੀ ਮਿਲ ਜਾਣਗੀਆਂ, ਬਟ ਜਿੱਥੇ ਤੱਕ ਮੇਰਾ ਅਨਾਲਿਸਿਸ ਬੋਲਦਾ ਵੈ ਅਤੇ ਮੈਂ ਆਪਣੇ ਫਰੈਂਡਸ ਤੋਂ ਜੋ ਵੀ ਸੁਜੈਸ਼ਨਸ ਲਿੱਤੇ ਨੇ ਉਹਦੇ ਵਿੱਚ $1000 ਜਾਂ $1500 ਕਰਕੇ ਤੁਹਾਨੂੰ ਇੱਕ ਸਟੇਬਲ ਕਾਰ ਆ ਜਾਏਗੀ। ਇੱਕ ਮੈਂਟੈਲਿਟੀ ਇੰਡੀਅਨਸ ਦੀ ਇਹ ਵੀ ਹੁੰਦੀ ਹੈ ਕਿ ਪੁਰਾਣੀ ਗੱਡੀ ਜਿਹੜੀ ਹੈ ਉਹਦੇ 'ਚ ਕੋਈ ਨੁਕਸ ਹੋਏਗਾ ਤਾਂ ਹੀ ਉਹ ਕਿਸੇ ਨੇ ਵੇਚੀ ਹੋਏਗੀ। ਕੈਨੇਡਾ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਜੀ ਉਹਦੇ 'ਚ ਇਹ ਮੈਂਟੈਲਿਟੀ ਐਪਲੀਕੇਬਲ ਨਹੀਂ ਹੁੰਦੀ। ਗੱਡੀ ਜਿਹੜਾ ਬੰਦਾ ਵੇਚਦਾ ਵੀ ਹੈ ਨਾ ਤਾਂ ਉਹ ਤੁਹਾਨੂੰ ਦੱਸ ਕੇ ਦੇਗਾ ਕਿ ਆਹ ਗੱਡੀ ਦੇ ਵਿੱਚ ਬਈ ਇਹ ਪ੍ਰੋਬਲਮ ਹੈ, ਇਸ ਕਰਕੇ ਮੈਨੂੰ ਦੇ ਰਿਹਾ। ਇੱਥੇ ਗੱਡੀਆਂ ਦੀ ਰੈਗੂਲਰ ਸਰਵਿਸਿੰਗ ਹੁੰਦੀ ਹੈ ਅਤੇ ਗੱਡੀਆਂ ਦੇ ਪੋਲਿਊਸ਼ਨ ਵਗੈਰਾ ਸਾਰੀ ਟੋਨਿੰਗ ਟਾਨਿੰਗ ਸਭ ਹੋਈ ਹੁੰਦੀ ਹੈ। ਅਤੇ ਜੇ ਤੁਸੀਂ $1000 ਜਾਂ $1500 ਲੈ ਰਹੇ ਹੋ ਗੱਡੀ 'ਤੇ ਖਰਚ ਰਹੇ ਹੋ ਤਾਂ ਚਾਹੇ ਤੁਹਾਨੂੰ ਕੁਝ ਪ੍ਰੋਬਲਮਸ ਉਹਦੇ 'ਚ ਜ਼ਰੂਰ ਦਿਖ ਜਾਣਗੀਆਂ ਪਹਿਲੀ ਵਾਰ 'ਚ, ਬਟ ਆਹ ਵਾ ਕਿ ਅਗੇਨ ਯੂ ਗੈਟ ਵਾਟ ਯੂ ਪੇ ਫੋਰ। ਤੁਸੀਂ $1000-1500 'ਚ ਗੱਡੀ ਲਓ, ਆਰਾਮ ਦੇ ਨਾਲ ਚਲਾਓ ਅਤੇ ਉਹਦੇ 'ਚ ਆਪਣੇ ਥੋੜ੍ਹੇ ਬਹੁਤ ਜਿਹੜੇ ਵੀ ਤੁਸੀਂ ਕੰਮ ਕਰਨੇ ਕਰ ਲਓ। ਅਤੇ ਇਹਦੇ 'ਚ ਮੈਂ ਕੋਈ ਕਾਰ ਰਿਕਮੈਂਡ ਨਹੀਂ ਕਰ ਸਕਦਾ ਕਿਉਂਕਿ ਕੋਈ ਵੀ ਗੱਡੀ ਹੋ ਸਕਦੀ ਹੈ ਅਤੇ ਲਾਇਸੈਂਸ ਉਹੀ ਤੁਹਾਡਾ ਐਪਲੀਕੇਬਲ ਹੈ ਜਿਹੜਾ ਕਿ ਰੈਗੂਲਰ ਲਾਇਸੈਂਸ ਹੋਏਗਾ। ਅਤੇ ਜਿਨ੍ਹਾਂ ਵੀਰਾਂ ਨੇ ਮੇਰੇ ਲਾਇਸੈਂਸ ਦੀ ਵੀਡੀਓ ਨਹੀਂ ਦੇਖੀ, ਉੱਪਰ ਮੈਂ ਲਿੰਕ ਦੇ ਰਿਹਾ ਹਾਂ, ਉਹਦੇ ਉੱਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਹਾਊ ਟੂ ਗੈਟ ਲਾਇਸੈਂਸ ਇਨ ਕੈਨੇਡਾ ਔਰ ਸਪੈਸੀਫਿਕਲੀ ਇਨ ਕਿਊਬੈਕ। ਬਾਕੀ ਜੇ ਹੁਣ ਆਪਾਂ ਚੱਲਦੇ ਹਾਂ ਜੀ ਅਗਲੀ ਕੈਟਾਗਰੀ ਦੇ ਵੱਲ ਜਿਹੜੀ ਕਿ ਥੋੜ੍ਹੀ ਜਿਹੀ ਆਪਾਂ ਕਹਿ ਲਓ ਪੈਸੇ ਹੋਰ ਵੱਧ ਜਾਣਗੇ, ਦੈਟਸ ਕੈਟਾਗਰੀ
ਨੂੰ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੀ ਰੈਗੂਲਰ ਗੱਡੀਆਂ ਹੋ ਗਈਆਂ ਜਿਹੜਾ ਕਿ ਤੁਹਾਨੂੰ ਸੋਹਣੀਆਂ ਵੀ ਹੋਣਗੀਆਂ, ਚਲਾਉਣ 'ਚ ਵੀ ਕੰਫਰਟ ਹੈ, ਤੁਸੀਂ ਉਹਨਾਂ ਦੇ ਵਿੱਚ ਲੌਂਗ ਡਿਸਟੈਂਸ ਟਰੈਵਲ ਵੀ ਕਰ ਸਕਦੇ ਹੋ, ਟ੍ਰਿਪਸ ਵੀ ਮਾਰ ਸਕਦੇ ਹੋ, ਘੁੰਮ ਵੀ ਸਕਦੇ ਹੋ, ਊਬਰ ਡਰਾਈਵਿੰਗ ਵੀ ਕਰ ਸਕਦੇ ਹੋ। ਅਤੇ ਉਹ ਗੱਡੀਆਂ ਦੀ ਜਿਹੜੀ ਰੇਂਜ ਹੈ ਜੀ ਉਹ ਹੁਣ ਆ ਜਾਂਦੀ ਹੈਗੀ ਹੈ $5,000 ਤੋਂ ਸਟਾਰਟ। ਮੈਂ ਕਹਾਂਗਾ ਇੱਕ ਅੱਛੀ ਕਾਰ ਜਿਹੜੀ ਹੈ $5,000 ਤੋਂ ਸਟਾਰਟ ਹੋ ਜਾਂਦੀ ਹੈ, ਐਂਡ ਇਟ ਗੋਜ਼ ਅਪ ਟੂ $15,000-$20,000 ਡਿਪੈਂਡਿੰਗ ਅਪੋਨ ਯੂ ਨੋ ਵਟ ਯੂ ਆਰ ਲੁਕਿੰਗ ਫੋਰ। ਆ ਜਿੰਨੇ ਵੀ ਪ੍ਰਾਈਸਿਸ ਮੈਂ ਤੁਹਾਨੂੰ ਦੱਸ ਰਿਹਾ ਵਾਂ ਜੀ, ਇਹ ਉਹ ਕਾਰਾਂ ਦੇ ਪ੍ਰਾਈਸ ਆ ਜਿਹੜੀਆਂ ਕਿ ਯੂਜ਼ਡ ਨੇ। ਨਵੀਂ ਗੱਡੀ ਜੇ ਤੁਸੀਂ ਲੈਣ ਜਾਓਗੇ ਉਹ ਹਰ ਗੱਡੀ ਦਾ ਆਪਣਾ ਪ੍ਰਾਈਸ, ਆਪਣੇ ਪ੍ਰੋਵਿੰਸ਼ੀਅਲ ਟੈਕਸਿਸ 'ਤੇ ਬੜਾ ਕੁਛ ਹੁੰਦਾ ਵਾ। ਬਟ ਲੈਟਸ ਟਾਕ ਅਬਾਊਟ ਰੈਗੂਲਰ ਪ੍ਰਾਈਸਿਸ, ਚੱਲੀਆਂ ਹੋਈਆਂ ਗੱਡੀਆਂ 5-6 ਸਾਲ ਜਾਂ 3 ਸਾਲ ਜਾਂ 2 ਸਾਲ, ਆਈ ਮੀਨ ਵਟ ਐਵਰ ਡਿਪੈਂਡਿੰਗ ਅਪੋਨ ਯੋਰ ਬਜਟ। $5,000 ਤੋਂ ਗੱਡੀ ਸਟਾਰਟ ਹੋ ਜਾਂਦੀ ਹੈ। ਅਤੇ ਆਹ ਜਿਹੜੇ 5,000 ਹੈ ਤੁਸੀਂ ਇਨੀਸ਼ੀਅਲੀ ਸਾਰੇ ਕੈਸ਼ ਹੀ ਨਹੀਂ ਦੇਣੇ, ਸਟੂਡੈਂਟਸ ਨੂੰ ਲੋਨ ਮਿਲ ਜਾਂਦਾ ਹੈਗਾ ਵਾ, ਅਤੇ ਤੁਸੀਂ ਕਿਸ਼ਤਾਂ ਕਰਵਾ ਸਕਦੇ ਹੋ। ਅਤੇ ਕਈ ਬੱਚੇ ਮੈਨੂੰ ਆਹ ਵੀ ਕੁਐਸਚਨ ਪੁੱਛਦੇ ਨੇ ਕਿ ਜੇ ਅਸੀਂ $5,000 ਦੀ ਗੱਡੀ ਲੈ ਰਹੇ ਹਾਂ ਅਤੇ ਸਾਡਾ ਜਿਹੜਾ ਵੀਜ਼ਾ ਵਾ ਉਹ 2 ਸਾਲ 'ਚ ਖਤਮ ਹੋ ਰਿਹਾ, 5 ਸਾਲ ਦੀ ਕਿਸ਼ਤਾਂ ਕਿੱਦਾਂ ਹੋ ਜਾਣਗੀਆਂ? ਇੱਥੇ ਜੀ ਬੈਂਕ ਤੁਹਾਨੂੰ ਕਰ ਦਿੰਦੇ ਕਿਸ਼ਤਾਂ $5,000-$10,000 ਨੂੰ, ਉਹ ਜ਼ਿਆਦਾ ਇੱਥੇ ਕੁਛ ਨਹੀਂ ਸਮਝਦੇ, ਤਾਂ ਤੁਹਾਨੂੰ ਈਜ਼ੀਲੀ ਤੁਹਾਡਾ ਲੋਨ ਵੀ ਅਪਰੂਵ ਹੋ ਜਾਂਦਾ। ਅਤੇ ਵਧੀਆ ਡੀਲਰ ਤੋਂ ਜਾ ਕੇ ਗੱਡੀ ਲਓ, 5-6 ਹਜ਼ਾਰ ਦੀ ਵਾਰੰਟੀ ਛੰਟੀ ਉਹਦੇ 'ਚ ਹੁੰਦੀ ਹੈ 1-2-3 ਮਹੀਨਿਆਂ ਦੀ, ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿਹੜੀ ਗੱਡੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੀਆਂ ਐਸੀਆਂ ਕਾਰਾਂ ਨੇ ਜਿਹੜੀਆਂ ਕਿ ਇਸ ਕੈਟੇਗਰੀ ਦੇ ਵਿੱਚ ਬੈਸਟ ਹੈ ਫੋਰ ਸਟੂਡੈਂਟਸ ਵਿਚ ਆਰ ਲੋ ਮੇਨਟੇਨੈਂਸ, ਯੂ ਡੋਂਟ ਹੈਵ ਟੂ ਸਪੈਂਡ ਮਚ ਔਨ ਦ ਮੇਨਟੇਨੈਂਸ। ਜਿੱਦਾਂ ਉਹਦੇ 'ਚ ਸਿਰਫ ਤੁਸੀਂ ਆਇਲ ਚੇਂਜ ਕਰਾਉਣੇ ਜਾਂ ਤੁਸੀਂ ਉਹਦੇ ਵਾਈਪਰ ਵਗੈਰਾ ਹਰ ਸੀਜ਼ਨ ਚੇਂਜ ਕਰਦੇ ਨੇ, ਅਤੇ ਟਾਇਰ ਜੇ ਤੁਸੀਂ ਜਿੰਨੀ ਕੁ ਗੱਡੀ ਚਲਾਓਗੇ। ਸਭ ਤੋਂ ਪਹਿਲੇ ਮੇਰੀ ਲਿਸਟ ਦੇ ਵਿੱਚ ਲੋ ਮੇਨਟੇਨੈਂਸ ਕਾਰਸ ਦੇ ਵਿੱਚ ਜਿਹੜੀ ਆ ਜਾਂਦੀ ਹੈ ਉਹ ਹੈ ਹੋਂਡਾ ਸਿਵਿਕ। ਹਾਂਜੀ ਦੋਸਤੋ, ਆਹੀ ਗੱਡੀ ਜਿਹੜੀ ਕਿ ਤੁਸੀਂ ਮੇਰੀ ਸਕਰੀਨ ਦੇ ਉੱਤੇ ਦੇਖ ਰਹੇ ਹੋ, ਆ ਗੱਡੀ ਤੁਸੀਂ ਦੇਖੋ ਦੇਖਣ 'ਚ ਵੀ ਸੋਹਣੀ ਹੈ, ਇਹਦੀ ਡਿਟੇਲ ਵੀ ਪ੍ਰੋਪਰ ਹੈ, ਠੀਕ ਹੈ, ਸੈਡਾਨ ਗੱਡੀ ਹੈ, ਆਰਾਮ ਦੇ ਨਾਲ ਇਹਦੇ 'ਚ 4-5 ਬੰਦੇ ਕੰਫਰਟੇਬਲੀ ਬੈਠ ਕੇ ਘੁੰਮ ਸਕਦੇ ਆ। ਤੁਸੀਂ ਇਹਦੇ ਵਿੱਚ ਊਬਰ ਵੀ ਕਰ ਸਕਦੇ ਹੋ, ਤੁਸੀਂ ਇਹਦੇ ਵਿੱਚ ਆਪਣੀ ਜਿੱਦਾਂ ਕੰਮ 'ਤੇ ਜਾਣਾ ਜਾਂ ਤੁਸੀਂ ਟਰੈਵਲ ਕਰਨਾ ਸਭ ਕੁਛ ਕਰ ਸਕਦੇ ਹੋ। ਆਹ ਗੱਡੀ ਜਿਹੜੀ ਹੈ ਹੁਣ ਹੈ 5,000 ਤੋਂ ਲੈ ਕੇ 15,000 ਦੀ ਰੇਂਜ ਦੇ ਵਿੱਚ ਆਏਗੀ। ਅਤੇ ਫਾਈਨਾਂਸ ਕਰਵਾਓ, ਆਪ ਕੈਸ਼ ਲੈਣੀ ਹੈ, ਡਿਪੈਂਡਸ ਅਪੋਨ ਯੂ। ਪ੍ਰਾਈਸ ਆਫ ਦ ਕਾਰ ਡਿਪੈਂਡਸ ਅਪੋਨ ਦ ਮਾਡਲ ਹੇਅਰ ਐਂਡ ਹਾਊ ਮੈਨੀ ਕਿਲੋਮੀਟਰਸ ਆਰ ਹੇਅਰ, ਕਿ ਗੱਡੀ ਦੇ ਉੱਤੇ ਕਿੰਨੇ ਕੁ ਕਿਲੋਮੀਟਰ ਪਏ ਹੋਏ ਆ। ਇੱਥੇ ਮੰਨਦੇ ਆ ਲੋਕ ਕਿ 1,00,000 ਕਿਲੋਮੀਟਰ ਤੋਂ ਬਾਅਦ ਨਾ ਗੱਡੀ ਦੀ ਵਾਰੰਟੀ ਆਊਟ ਹੋ ਜਾਂਦੀ ਹੈ, ਬਟ ਕੋਈ ਚੱਕਰ ਵਾਲੀ ਗੱਲ ਨਹੀਂ ਹੈ। 1,00,000 ਇੱਥੇ ਗੱਡੀਆਂ ਜਿਹੜੀਆਂ 3-3, 4-4 ਲੱਖ ਕਿਲੋਮੀਟਰ ਲੋਕ ਚਲਾਉਂਦੇ ਆ। ਪਹਿਲੀ ਗੱਡੀ ਆ ਗਈ ਹੋਂਡਾ ਸਿਵਿਕ, ਅਗਲੀ ਗੱਡੀ ਆ ਗਈ ਜੀ ਟੋਯੋਟਾ। ਹਾਂਜੀ ਜੀ, ਆਹੀ ਵਾਲੀ ਗੱਡੀ ਜਿਹੜੀ ਕਿ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਆਹ ਵਾ ਟੋਯੋਟਾ। ਹੁਣ ਟੋਯੋਟਾ ਦੇ ਵਿੱਚ ਟੋਯੋਟਾ ਕਰੋਲਾ ਵੀ ਹੈ, ਟੋਯੋਟਾ ਕੈਮਰੀ ਵੀ ਹੈ, ਅਤੇ ਹੋਰ ਵੀ ਬਾਕੀ ਜਿੰਨੀਆਂ ਵੀ ਟੋਯੋਟਾ ਦੀ ਗੱਡੀਆਂ ਆਉਂਦੀਆਂ, ਜੇ ਤੁਹਾਨੂੰ ਆਪਣੀ ਇਸ ਬ੍ਰੈਕਟ ਦੇ ਵਿੱਚ ਮਿਲ ਰਹੀਆਂ ਕਿ ਜਿਜੀ ਦੇ ਉੱਤੇ ਲੱਭੋ, ਆਟੋ ਕਾਰ ਇੱਕ ਵੈਬਸਾਈਟ ਹੈ ਉੱਥੇ ਦੇਖੋ, ਗੂਗਲ 'ਤੇ ਜਾ ਕੇ ਦੇਖੋ, ਲੋਕਲ ਡੀਲਰਸ ਦੀ ਦੁਕਾਨਾਂ 'ਤੇ ਜਾ ਕੇ ਦੇਖੋ, ਅਤੇ ਦੈਟਸ ਇਟ, ਆਈ ਮੀਨ ਤੁਹਾਨੂੰ ਮਿਲ ਜਾਏਗੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਇੱਕ ਹੋਰ ਬ੍ਰਾਂਡ ਦੀ ਜਿਹੜੀ ਕਿ ਹੈ ਸ਼ੈਵਰਲੇ। ਸ਼ੈਵਰਲੇ ਕਰੂਜ਼ ਵੀ ਜਿਹੜੀ ਹੈ ਜੀ ਉਹ ਲੋ ਮੇਨਟੇਨੈਂਸ ਕਾਰਾਂ ਨੇ, ਉਹਦੇ ਵਿੱਚ ਵੀ ਕੋਈ ਖਰਚਾ ਨਹੀਂ ਹੁੰਦਾ। ਆਈ ਮਾਈਸੈਲਫ ਡਰਾਈਵ ਸ਼ੈਵਰਲੇ ਅਤੇ ਮੈਨੂੰ ਅੱਜ ਤੱਕ ਕੋਈ ਪ੍ਰੋਬਲਮ ਉਹਦੇ 'ਚ ਆਈ ਨਹੀਂ, ਅਤੇ ਉਹਦੇ ਵਿੱਚ ਵੀ ਤੁਹਾਨੂੰ ਕੋਈ ਮੇਨਟੇਨੈਂਸ ਦਾ ਰੌਲਾ ਨਹੀਂ ਹੈਗਾ। ਗੱਡੀ ਇੱਕ ਵਾਰੀ ਲੈ ਲਈ, ਚਲਾਈ ਆਪਣਾ ਆਰਾਮ ਦੇ ਨਾਲ, ਜੇ ਕੋਈ ਮਾੜੀ ਮੋਟੀ ਰਿਪੇਅਰ ਆਉਂਦੀ ਹੈ ਤੁਸੀਂ ਠੀਕ ਕਰਾ ਸਕਦੇ ਹੋ। ਹੁਣ ਆ ਜਿਹੜੇ ਤੁਹਾਨੂੰ 3 ਮੈਂ ਬ੍ਰਾਂਡਸ ਦੱਸੇ ਨੇ, ਟੋਯੋਟਾ, ਹੋਂਡਾ ਅਤੇ ਸ਼ੈਵਰਲੇ, ਇਹਦੇ ਵਿੱਚ ਖਾਸੀਅਤ ਲੋ ਮੇਨਟੇਨੈਂਸ। ਮੈਂ ਇਸ ਚੀਜ਼ ਨੂੰ ਨਹੀਂ ਬੋਲ ਰਿਹਾ ਕਿ ਜੇ ਕੋਈ ਇਹਦੇ 'ਚ ਦਿੱਕਤ ਹੀ ਨਹੀਂ ਆਉਣੀ, ਮੇਰੇ ਕਹਿਣ ਦਾ ਮਤਲਬ ਹੈ ਜੇ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਨਾ, ਐਜ਼ ਅ ਸਟੂਡੈਂਟ ਯੂ ਕੈਨ ਅਫੋਰਡ ਦ ਪਾਰਟਸ। ਜਿੱਦਾਂ ਇੰਡੀਆ ਦੇ ਵਿੱਚ ਮਰੂਤੀ ਦੀ ਗੱਡੀ ਖਰਾਬ ਹੁੰਦੀ ਸੀ, ਕੀ ਹੁੰਦਾ ਸੀ, ਸ਼ੋਪ 'ਤੇ ਜਾਂਦੇ ਸੀ, ਇੱਕ ਪਾਰਟ ਚੱਕਦੇ ਸੀ, ਪਵਾਉਂਦੇ ਸੀ, ਗੱਲ ਸੈੱਟ ਹੋ ਜਾਂਦੀ ਸੀ, ਇੱਦਾਂ ਹੀ ਆਹ ਗੱਡੀਆਂ ਦੀ ਇੱਥੇ ਆ। ਹੁਣ ਆਪਾਂ ਗੱਲ ਕਰਦੇ ਹੈਗੇ ਹਾਂ ਲਗਜ਼ਰੀ ਕੈਟੇਗਰੀ ਦੀ, ਜਿਹੜੀ ਕਿ ਥੋੜ੍ਹੀ ਮਹਿੰਗੀ ਕਾਰ ਆ ਜਾਂਦੀ ਹੈ, ਜਿੱਦਾਂ ਜਰਮਨ ਕਾਰਸ ਆ ਜਾਂਦੀਆਂ ਹੈਗੀਆਂ ਨੇ, ਠੀਕ ਹੈ ਨਾ, ਆਡੀ ਆ ਗਈ, BMW ਆ ਗਈ, ਜਾਂ ਜਿੰਨੀਆਂ ਵੀ ਜਿਹੜੀਆਂ ਆਪਾਂ ਹਾਈ ਐਂਡ ਗੱਡੀਆਂ ਜਿਹਨੂੰ ਬੋਲਦੇ ਇੰਡੀਆ ਦੇ ਵਿੱਚ, ਇਹ ਗੱਡੀਆਂ ਵੀ ਤੁਸੀਂ ਲੈ ਸਕਦੇ ਹੋ। ਲੇਕਿਨ ਦਿੱਕਤ ਆਵੇ ਇਹ ਗੱਡੀਆਂ ਦੇ ਵਿੱਚ ਕਿ ਜੇ ਗਲਤੀ ਇਹਨਾਂ ਨੂੰ ਰਿਪੇਅਰ ਪੈ ਗਈ ਤਾਂ ਤੁਹਾਡੀ ਜੇਬ ਖਾਲੀ ਹੈ। ਆਈ ਮੀਨ ਜੇ ਉਹਦੀ ਇੱਕ ਲਾਈਟ ਜਾਂ ਲੈਂਪ ਵੀ ਉੜ ਗਿਆ ਨਾ, ਤਾਂ ਤੁਹਾਡਾ $1,500-$2,000 ਖੜੇ ਖੜੇ ਖੁੱਲ ਜਾਣਾ, ਜਿਹੜਾ ਕਿ ਸ਼ੈਵਰਲੇ, ਹੋਂਡਾ ਜਾਂ ਟੋਯੋਟਾ ਦੇ ਵਿੱਚ ਤੁਹਾਡਾ 100-150, ਆਈ ਮੀਨ ਇੰਨੇ ਕੁ 'ਚ ਤੁਹਾਡਾ ਕੰਮ ਸਰ ਜਾਣਾ। ਬ੍ਰੇਕਾਂ ਦੀ ਵੀ ਜਿਹੜੀ ਡਿਸਕ ਪਲੇਟਸ ਹੁੰਦੀਆਂ ਨੇ, ਇੱਥੇ ਬਹੁਤ ਜ਼ਿਆਦਾ ਬ੍ਰੇਕਸ ਲੱਗਦੀਆਂ ਹੈਗੀਆਂ ਨੇ ਵਿੰਟਰ ਦੇ ਵਿੱਚ, ਉਹ ਵੀ ਧਿਆਨ ਰੱਖਿਓ। ਜੇ ਤੁਸੀਂ ਲਗਜ਼ਰੀ ਕਾਰ ਲਓਗੇ ਤਾਂ ਉਹਦੇ 'ਚ ਤੁਹਾਨੂੰ ਥੋੜ੍ਹੇ ਜਿਹੇ ਪੈਸੇ ਪਾਉਣੇ ਪੈਣਗੇ। ਐਵਰੀਵਨ ਹੈਜ਼ ਦੇਅਰ ਪ੍ਰੈਫਰੈਂਸ, ਸੋ ਆਈ ਵੋਂਟ ਸੇ ਕਿ BMW ਜਾਂ ਆਡੀ ਮਾੜੀ ਗੱਡੀ ਹੈ, ਬਹੁਤ ਵਧੀਆ ਗੱਡੀਆਂ ਨੇ, ਬਹੁਤ ਕੰਫਰਟੇਬਲ ਨੇ, ਲੇਕਿਨ ਦੇ ਕਮ ਔਨ ਐਨ ਐਕਸਪੈਂਸ ਕਿ ਕੋਈ ਵੀ ਜਦੋਂ ਪ੍ਰੋਬਲਮ ਆਵੇ ਤਾਂ ਤੁਹਾਨੂੰ ਪੇ ਕਰਨਾ ਪਏਗਾ ਆਪਣੀ ਜੇਬ ਤੋਂ। ਅਤੇ ਬੀਇੰਗ ਅ ਸਟੂਡੈਂਟ ਆਈ ਵਿਲ ਰਿਕਮੈਂਡ ਕਿ ਤੁਸੀਂ ਆਹ 3 ਬ੍ਰਾਂਡਸ ਦੇ ਵਿੱਚੋਂ ਹੀ ਲਓ। ਆਹ ਆਪਾਂ ਗੱਲ ਕੀਤੀ ਜੀ ਹੁਣ ਨੋਰਮਲ ਕੈਟਾਗਰੀ ਦੀ, ਠੀਕ ਆ। ਮੋਸਟਲੀ ਜਿਹੜੇ ਬੱਚੇ ਨੇ ਉਹ ਇਹਦੇ ਵਿੱਚ ਹੀ ਕਾਰਾਂ ਖਰੀਦਦੇ ਨੇ, ਜੋ ਕਿ ਮੇਰਾ ਅਨਾਲਿਸਿਸ ਮੈਂ ਦੇਖਿਆ, ਐਂਡ ਇਟਸ ਅ ਵਾਈਜ਼ ਡਿਸੀਜਨ ਟੂ ਸਪੈਂਡ ਮਨੀ ਔਨ ਦੀਸ ਕਾਇੰਡ ਆਫ ਕਾਰਸ, ਕਿਉਂਕਿ ਤੁਹਾਨੂੰ ਕੰਮਾਂ ਕਾਰਾਂ ਦੇ ਵਿੱਚ ਵੀ ਇਹਦੇ ਨਾਲ ਤੁਸੀਂ ਥੋੜ੍ਹੇ ਪੈਸੇ ਕਮਾ ਸਕਦੇ ਹੋ। ਕਈ ਬੱਚੇ ਕਾਰ ਲੈ ਕੇ ਕੰਮ ਕਰਕੇ ਕਾਰ ਪੇ ਕਰ ਦਿੰਦੇ, ਆਪਣੇ ਖਰਚੇ ਕੱਢ ਲੈਂਦੇ, ਆਹੀ ਬਹੁਤ ਹੁੰਦਾ ਵਾ ਜੀ ਇਹਨਾਂ ਚੀਜ਼ਾਂ ਦੇ ਵਿੱਚ। ਅਤੇ ਹੁਣ ਆ
ਇੱਕ ਇਹਨਾਂ 'ਚ ਕਾਰਾਂ ਦੀ ਖਾਸੀਅਤ ਇਹ ਹੈ ਕਿ ਆਹ ਕਾਰਾਂ ਇੰਡੀਆ ਦੇ ਵਿੱਚ ਤਾਂ 50-50 ਲੱਖ ਜਾਂ ਕਿ ਕਰੋੜ ਰੁਪਏ 'ਚ ਤੁਹਾਨੂੰ ਮਿਲਣਗੀਆਂ, ਲੇਕਿਨ ਇੱਥੇ ਤੁਹਾਨੂੰ ਮਹਿਜ਼ $30,000 to $40,000 ਖਰਚ ਕੇ ਆਹ ਗੱਡੀ ਮਿਲ ਜਾਏਗੀ। ਲੇਕਿਨ ਅਗੇਨ ਡਿਪੈਂਡਿੰਗ ਅਪੋਨ ਸਟੂਡੈਂਟ, ਹੁਣ ਤੁਸੀਂ ਕਿੱਦਾਂ ਦੇ ਖਰਚੇ ਕਰਨੇ ਆ ਉਹ ਤੁਹਾਡੇ 'ਤੇ ਡਿਪੈਂਡ ਕਰਦਾ। ਆਹ ਕਾਰਾਂ ਜਿਹੜੀਆਂ ਨੇ ਜੇ ਇਹਨਾਂ ਦੀ ਕੀਮਤ ਜ਼ਿਆਦਾ ਹੈ ਤਾਂ ਫਿਰ ਇਹਨਾਂ ਦੀ ਜਿਹੜੀ ਕਿਸ਼ਤ ਹੈ ਉਹ ਵੀ ਜ਼ਿਆਦਾ ਬਣੇਗੀ, ਠੀਕ ਹੈ। ਅਤੇ ਜਿੱਦਾਂ ਮੰਨ ਲਓ ਜਿਹੜੀ ਕੈਟੇਗਰੀ 1 or 2 ਹੈ ਉਹ ਤਾਂ ਮੇ ਬੀ ਤੁਸੀਂ ਡਾਊਨ ਪੇਮੈਂਟ ਦੇ ਕੇ ਜਾਂ ਕੈਸ਼ ਦੇ ਕੇ ਵੀ ਲੈ ਸਕਦੇ ਹੋ, ਲੇਕਿਨ ਆਹ ਕਾਰਾਂ 'ਚ ਤੁਹਾਨੂੰ ਪੈਸੇ ਥੋੜ੍ਹੇ ਜ਼ਿਆਦਾ ਖਰਚਣੇ ਪੈਣਗੇ। ਬਟ ਅਗੇਨ ਮਹਿੰਗੀਆਂ ਗੱਡੀਆਂ ਨੇ ਤਾਂ ਇੰਨੇ ਦੀਆਂ ਹੀ ਆਉਣਗੀਆਂ। ਅਤੇ ਹੁਣ ਆਪਾਂ ਜੇ ਕੈਟੇਗਰੀ 3 ਦੀ ਗੱਲ ਕਰੀਏ ਤਾਂ ਬਰੈਂਪਟਨ ਜਦੋਂ ਮੈਂ ਗਿਆ ਸੀਗਾ ਤਾਂ ਮੈਂ ਦੇਖਿਆ ਕਿ ਕਾਫੀ ਸਾਰੀ ਕਾਰਾਂ ਲੋਕਾਂ ਨੇ ਲਿੱਤੀਆਂ ਹੋਈਆਂ, ਲਗਜ਼ਰੀ ਜੈਗੁਆਰ ਵੀ ਖੜ੍ਹੀ ਸੀ ਉੱਥੇ, ਚੈਲੇਂਜਰ ਚਾਰਜਰ ਤਾਂ ਐਵੇਂ ਹੀ ਉੱਥੇ ਖੜ੍ਹੀਆਂ ਸੀਗੀਆਂ, ਹਰ ਕਿਸੇ ਦੇ ਕੋਲ ਹੀ ਸੀਗੀ। ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ ਚਾਹਾਂਗਾ ਜੀ ਕੈਟੇਗਰੀ 3 ਦੇ ਨਾਲ ਰਿਲੇਟਿਡ ਹੀ ਹੈ ਕਿ ਤੁਸੀਂ ਗੱਡੀ ਉਹੀ ਖਰੀਦੋ ਜਿਹੜੀ ਤੁਹਾਡੀ ਬਜਟ ਨੂੰ ਅਲਾਓ ਕਰਦੀ ਹੈ, ਠੀਕ ਹੈ। ਹੁਣ ਬਜਟ ਇੱਦਾਂ ਨਹੀਂ, ਮੰਨ ਲਓ ਕਿ ਤੁਸੀਂ ਅੱਜ ਪਾਰਟ ਟਾਈਮ ਜੋਬ 'ਚ ਜੇ $1,000 to $1,500 ਕਮਾ ਰਹੇ ਹੋ ਤਾਂ ਤੁਸੀਂ $500 ਦੀ ਗੱਡੀ ਲੈ ਲਓ, ਆਈ ਮੀਨ ਮੇ ਬੀ ਤੁਸੀਂ ਅੱਜ ਉਹਨੂੰ ਅਫੋਰਡ ਕਰ ਸਕਦੇ ਹੋ, ਲੇਕਿਨ ਅਗਲੇ ਮਹੀਨੇ ਜੇ ਤੁਹਾਡੇ ਆਵਰਸ ਘੱਟ ਹੋ ਗਏ, ਤੁਹਾਡੀ ਜੋਬ ਚਲੀ ਗਈ ਜਾਂ ਕੁਛ ਵੀ ਹੋ ਗਿਆ, ਕਿਉਂਕਿ ਪਾਰਟ ਟਾਈਮ ਇਜ਼ ਪਾਰਟ ਟਾਈਮ, ਠੀਕ ਹੈ, ਇਟਸ ਟੈਂਪਰੇਰੀ, ਯੂ ਡੋਂਟ ਨੋ ਦੈਟ ਯੂ ਆਰ ਗੋਨਾ ਕੀਪ ਦੈਟ ਜੋਬ ਫੋਰ ਲੌਂਗ ਔਰ ਨੋਟ। ਬੀਇੰਗ ਅ ਸਟੂਡੈਂਟ ਆਈ ਵਿਲ ਸੁਜੈਸਟ ਕਿ ਤੁਸੀਂ ਕੈਟੇਗਰੀ 1 ਜਾਂ ਕੈਟੇਗਰੀ 2 ਚੋਂ ਕਾਰ ਲਵੋ, ਜੇ ਕੈਟੇਗਰੀ 3 ਲੈਣੀ ਹੈ ਤਾਂ ਬੀ ਰੈਡੀ ਟੂ ਬੇਅਰ ਦ ਐਕਸਪੈਂਸਿਸ, ਠੀਕ ਆ। ਕੱਲ੍ਹ ਨੂੰ ਤੁਹਾਡੀ ਪਾਰਟ ਟਾਈਮ ਜੋਬ ਜੇ ਇੱਧਰ ਉੱਧਰ ਹੋ ਗਈ ਤਾਂ ਤੁਹਾਡੇ ਕੋਲ ਇੰਨੇ ਕੁ ਪੈਸੇ ਹੋਣੇ ਚਾਹੀਦੇ ਕਿ ਤੁਸੀਂ ਕਿਸ਼ਤ ਜਮ੍ਹਾਂ ਕਰਾ ਦਿਓ। ਕਈ ਬੱਚੇ ਆਹ ਵੀ ਸੋਚ ਲੈਂਦੇ ਕੋਈ ਨਾ ਜੀ ਔਖੇ ਸੌਖੇ ਹੋ ਗਏ ਕੱਢ ਲਾਂਗੇ ਕਿਸੇ ਕੋਲ ਫੜ ਫੁੜ ਕੇ ਜਾਂ ਘਰੋਂ ਲੈ ਕੇ, ਲੇਕਿਨ ਪ੍ਰੋਬਲਮ ਆਵੇ ਕਿ ਜੇ ਤੁਹਾਡੀ ਇੱਕ ਕਿਸ਼ਤ ਮਿਸ ਹੋ ਗਈ ਤੁਹਾਡਾ ਕ੍ਰੈਡਿਟ ਸਕੋਰ ਚਲਾ ਜਾਣਾ ਡਾਊਨ, ਤੁਹਾਨੂੰ ਕਿਸੇ ਬੈਂਕ ਨੇ ਕੱਲ੍ਹ ਨੂੰ ਕ੍ਰੈਡਿਟ ਕਾਰਡ ਨਹੀਂ ਦੇਣਾ, ਕਿਸੇ ਬੈਂਕ ਨੇ ਤੁਹਾਨੂੰ ਕੱਲ੍ਹ ਨੂੰ ਕੋਈ ਲੋਨ ਨਹੀਂ ਦੇਣਾ, ਕੱਲ੍ਹ ਨੂੰ ਜਦੋਂ ਤੁਸੀਂ ਘਰ ਬਾਏ ਕਰਨ ਜਾਓਗੇ ਤੁਹਾਡੇ ਯਾਰਾਂ ਦੋਸਤਾਂ ਨੂੰ 5% ਤੇ ਲੋਨ ਮਿਲੇਗਾ, ਤੁਹਾਨੂੰ 8% ਜਾਂ 10% ਦੇ ਉੱਤੇ ਲੋਨ ਮਿਲੇਗਾ। ਅਤੇ ਇਸ ਕਰਕੇ ਚੀਜ਼ ਉਹ ਕਰੋ ਜਿਹੜੀ ਸੇਫ ਹੈ ਅਤੇ ਗੱਡੀ ਵੱਲੋਂ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ। ਬਾਕੀ ਯਾਰ ਜੇ ਘਰੋਂ ਤੁਹਾਡੇ ਕੋਲ ਪੈਸੇ ਹੈਗੇ ਥੋੜ੍ਹੇ ਜਿਹੇ, ਠੀਕ ਹੈ, ਜੇ ਤੁਸੀਂ ਮੋਟੀ ਸਾਮੀ ਹੈਗੇ ਹੋ ਤਾਂ ਫਿਰ ਤਾਂ ਤੁਸੀਂ ਜਿਹੜੀ ਮਰਜ਼ੀ ਗੱਡੀ ਲੈ ਲਓ ਯਾਰ, ਫਿਰ ਇਹਨਾਂ ਗੱਲਾਂ ਦੀ ਤਾਂ ਕੋਈ ਵੈਲਿਊ ਹੀ ਨਹੀਂ ਹੈ। ਹਾਂਜੀ ਦੋਸਤੋ, ਆਹ ਸੀਗੀ ਮੇਰੀ ਅੱਜ ਦੀ ਵੀਡੀਓ ਅਬਾਊਟ ਬੈਸਟ ਕਾਰਸ ਫੋਰ ਸਟੂਡੈਂਟ। ਮੈਂ ਤਿੰਨੋਂ ਕੈਟਾਗਰੀਆਂ ਤੁਹਾਨੂੰ ਦੱਸਤੀਆਂ, ਜਿਹੜੀ ਗੱਡੀ ਤੁਹਾਨੂੰ ਵਧੀਆ ਲੱਗੇ ਲੈ ਲਓ, ਜਿੰਨੇ ਕੁ ਪੈਸੇ ਤੁਸੀਂ ਖਰਚ ਸਕਦੇ ਹੋ ਅਫੋਰਡ ਕਰ ਸਕਦੇ ਹੋ ਕਰ ਲਓ, ਜੇ ਕੈਸ਼ ਲੈਣੀ ਹੈ ਤਾਂ ਕੈਸ਼ ਚੱਕ ਲਓ, ਜੇ ਪੈਸੇ ਫਾਈਨਾਂਸ ਕਰਵਾਉਣੀ ਹੈ ਤਾਂ ਉਹ ਵੀ ਹੋ ਜਾਏਗੀ, ਕੋਈ ਚੱਕਰ ਵਾਲੀ ਗੱਲ ਨਹੀਂ ਹੈ। ਜਿਹੜੇ ਮੇਰੇ ਵੀਰਾਂ ਨੇ ਡਰਾਈਵਰ ਲਾਇਸੈਂਸ ਹਜੇ ਬਣਾਉਣਾ ਵਾ, ਇੰਡੀਆ ਤੋਂ ਲਾਇਸੈਂਸ ਜ਼ਰੂਰ ਲੈ ਕੇ ਆਓ ਆਪਣਾ ਇੰਡੀਆ ਵਾਲਾ, ਅਤੇ ਇੱਥੇ ਆ ਕੇ ਤੁਸੀਂ ਅਪਲਾਈ ਕਰ ਲਓ, ਉੱਪਰ ਮੈਂ ਲਿੰਕ ਦੇ ਰਿਹਾ ਹਾਂ, ਇਸ ਲਿੰਕ ਦੇ ਉੱਤੇ ਕਲਿੱਕ ਕਰਕੇ। ਬਾਕੀ ਜੇ ਤੁਹਾਨੂੰ ਕੋਈ ਕੁਐਸਚਨ ਨੇ ਤਾਂ ਨੀਚੇ ਕਰੋ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ, ਅਤੇ ਮੈਂ ਕੋਸ਼ਿਸ਼ ਕਰਾਂਗਾ ਜਲਦੀ ਤੋਂ ਜਲਦੀ ਉਹਨੂੰ ਰਿਪਲਾਈ ਕਰਨ ਦੀ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਨੀਚੇ ਦਿੱਤੇ ਗਏ ਸਬਸਕ੍ਰਾਈਬ ਬਟਨ ਦੇ ਉੱਤੇ ਕਲਿੱਕ ਕਰਕੇ, ਬੈਲ ਬਟਨ 'ਤੇ ਜ਼ਰੂਰ ਕਲਿੱਕ ਕਰ ਦਿਓ ਤਾਂ ਕਿ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚੇ ਸਭ ਤੋਂ ਪਹਿਲੇ ਤੁਹਾਡੇ ਫੋਨ ਤੱਕ। ਅਤੇ ਮੈਨੂੰ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਲਓ, ਮੇਰੀ ਇੰਸਟਾਗ੍ਰਾਮ ਆਈਡੀ ਹੈ @ਕਨੈਕਟ ਪਾਰੁਲ। ਮਿਲਦੇ ਹਾਂ ਜੀ ਅਗਲੇ ਹਫ਼ਤੇ ਇੱਕ ਨਵੇਂ ਵੀਲੌਗ ਦੇ ਨਾਲ, ਟਿਲ ਦੈਨ ਕੀਪ ਵਾਚਿੰਗ ਪਾਰੁਲ TV।